ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਜਵਾਹਰ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਹਾਂ। ਉਹਦੇ ਵਿੱਚ ਬੇਟਾ ਖੇਤਰ ਮਿਤੀ ਵਾਲਾ ਟੋਪਿਕ ਹੈ ਜਿਹੜਾ ਅੱਜ ਆਪਾਂ ਨਵਾਂ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਧਿਆਨ ਦੇ ਨਾਲ ਦੇਖਣਾ ਹੈ ਬੇਟਾ, ਖੇਤਰ ਮਿਤੀ ਦੇ ਸਵਾਲ ਕਿਸ ਤਰ੍ਹਾਂ ਕਰਨੇ ਆ। ਇਹਦੇ ਲਈ ਬੇਟਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਕੈਤੀਆਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ, ਠੀਕ ਹੈ ਬੇਟਾ? ਤਾਂ ਜਦੋਂ ਅਕੈਤੀਆਂ ਬਾਰੇ ਜਾਣਕਾਰੀ ਹੋਊਗੀ, ਫਿਰ ਉਹਦੀ ਪਿਕਚਰ ਬਣਾ ਲੈਣੀ। ਪਿਕਚਰ ਬਣਾ ਕੇ ਸਵਾਲ ਅੱਧਾ ਹੱਲ ਹੋ ਜਾਂਦਾ। ਤਾਂ ਪਹਿਲਾ ਸਵਾਲ ਦੇਖਦੇ ਹਾਂ, ਕਹਿੰਦਾ ਇੱਕ ਆਇਤਾਕਾਰ ਪਾਰਕ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 60 ਮੀਟਰ ਅਤੇ 30 ਮੀਟਰ ਹੈ, ਉਸਦਾ ਖੇਤਰਫਲ ਕੀ ਹੋਵੇਗਾ? ਤਾਂ ਬੇਟਾ ਜੇਕਰ ਅਸੀਂ ਇਹਦੀ ਡਾਇਗ੍ਰਾਮ ਠੀਕ ਡਰਾਅ ਕਰ ਲੈਂਦੇ, ਸਮਝ ਲਓ ਅੱਧਾ ਸਵਾਲ ਤਾਂ ਸਾਡਾ ਨਾਲ ਦੀ ਨਾਲ ਹੀ ਨਿਕਲ ਜਾਂਦਾ, ਠੀਕ ਹੈ? ਆਇਤਾਕਾਰ ਲੰਬਾਈ 60 ਮੀਟਰ ਅਤੇ ਚੌੜਾਈ 30 ਮੀਟਰ ਹੈ, ਠੀਕ ਹੈ? ਤਾਂ ਬੇਟਾ ਆਇਤ ਦੇ ਖੇਤਰਫਲ ਦਾ ਸੂਤਰ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਆਇਤ ਦਾ ਖੇਤਰਫਲ ਬਰਾਬਰ ਹੈ ਲੰਬਾਈ ਗੁਣਾ ਚੌੜਾਈ, ਠੀਕ ਹੈ? ਤਾਂ ਬੇਟਾ 60 ਇਹ ਆ ਗਿਆ, 60 ਗੁਣਾ 30 ਜਦੋਂ ਬੇਟਾ ਆਪਾਂ ਗੁਣਾ ਕਰਾਂਗੇ ਤਾਂ ਇਹ ਆ ਜੂਗਾ 1800 ਵਰਗ ਮੀਟਰ, ਜਾਂ ਮੀਟਰ ਸਕੇਅਰ ਜਾਂ ਵਰਗ ਮੀਟਰ ਇੱਕੋ ਹੀ ਗੱਲ ਹੁੰਦੀ ਹੈ, ਠੀਕ ਹੈ ਬੇਟਾ? ਤਾਂ 1800 ਵਰਗ ਮੀਟਰ ਜਾਂ ਮੀਟਰ ਸਕੇਅਰ, ਠੀਕ। ਖੇਤਰਫਲ ਹਮੇਸ਼ਾ ਵਰਗ ਯੂਨਿਟਾਂ ਦੇ ਵਿੱਚ ਉੱਤਰ ਆਉਣਾ ਬੇਟਾ, ਠੀਕ। ਤਾਂ ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ। ਤਾਂ ਬੇਟਾ ਆ 3 ਨੰਬਰ ਦੇ ਉੱਤੇ 1800 ਵਰਗ ਮੀਟਰ ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦਿੰਦੇ ਹਾਂ। ਅੱਗੇ ਆ ਗਿਆ ਬੇਟਾ, ਇੱਕ ਵਰਗਾਕਾਰ ਟੁਕੜੇ ਦੀ ਇੱਕ ਭੁਜਾ ਦਾ ਮਾਪ 15 ਮੀਟਰ ਹੈ, ਇਸਦਾ ਖੇਤਰਫਲ ਕਿੰਨਾ ਹੋਵੇਗਾ? ਤਾਂ ਬੇਟਾ ਵਰਗ ਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਹੈ, ਠੀਕ ਹੈ? 15, 15, 15 ਅਤੇ 15 ਡਾਇਗ੍ਰਾਮ ਜ਼ਰੂਰ ਡਰਾਅ ਕਰੋਗੇ ਤਾਂ ਛੇਤੀ ਨਿਕਲ ਜੂਗਾ। ਵਰਗ ਦਾ ਖੇਤਰਫਲ ਕੀ ਹੁੰਦਾ? ਵਰਗ ਦਾ ਖੇਤਰਫਲ ਬਰਾਬਰ ਹੈ ਭੁਜਾ ਗੁਣਾ ਭੁਜਾ, ਠੀਕ ਹੈ ਬੇਟਾ? ਤਾਂ ਇਹ ਆ ਗਿਆ ਬੇਟਾ 15 ਮੀਟਰ ਭੁਜਾ, 15 ਗੁਣਾ 15, 15 ਪੰਦਰਾਂ 225 ਮੀਟਰ ਸੀ ਨਾ, ਤਾਂ ਵਰਗ ਮੀਟਰ, ਵਰਗ ਮੀਟਰ ਉੱਤਰ ਆ ਗਿਆ, ਠੀਕ ਹੈ? ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ ਪੁੱਤ। ਤਾਂ ਬੇਟਾ 1 ਨੰਬਰ ਆਲਟਰਨੇਟਿਵ ਦੇ ਉੱਤੇ 225 ਵਰਗ ਮੀਟਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ, ਕਹਿੰਦਾ ਜੇਕਰ ਵਰਗ ਦੀ ਇੱਕ ਭੁਜਾ 50 ਮੀਟਰ ਹੈ ਤਾਂ ਇਸ ਦਾ ਪਰਿਮਾਪ ਹੋਵੇਗਾ ਕਿੰਨਾ ਹੋਵੇਗਾ? ਬੇਟਾ ਵਰਗ ਵਰਗ ਦੀ ਇੱਕ ਭੁਜਾ 50 ਮੀਟਰ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰੀਆਂ ਭੁਜਾਵਾਂ ਹੀ 50-50 ਮੀਟਰ ਹੋਣਗੀਆਂ, ਕਿਉਂਕਿ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਆ। ਤਾਂ ਪਰਿਮਾਪ ਹੁੰਦਾ ਬੇਟਾ ਇਹਦੀ ਚਾਰ ਦੀਵਾਰੀ ਦਾ ਜੋੜ, ਠੀਕ ਹੈ? ਤਾਂ ਇਹਨੂੰ ਘੇਰਾ ਵੀ ਕਹਿ ਦਿੰਦੇ ਆ, ਵਰਗ ਦਾ ਘੇਰਾ ਬਰਾਬਰ ਹੈ, ਕਿਉਂਕਿ ਚਾਰ ਭੁਜਾਵਾਂ ਇੱਕੋ ਜਿਹੀਆਂ, 4 ਗੁਣਾ ਭੁਜਾ ਇਹਦਾ ਸੂਤਰ ਹੁੰਦਾ, ਬਰਾਬਰ ਹੈ 4 ਗੁਣਾ 50, ਇਹ ਆ ਗਿਆ 200 ਮੀਟਰ, ਠੀਕ ਹੈ ਬੇਟਾ? ਤਾਂ ਇਹ ਵਰਗ ਮੀਟਰਾਂ 'ਚ ਨਹੀਂ ਆਉਣਾ, ਜਿਹੜੀ ਘੇਰਾ ਹੁੰਦਾ ਆ ਉਹ ਸਿੱਧਾ ਮੀਟਰਾਂ ਜਾਂ ਸੈਂਟੀਮੀਟਰਾਂ ਜਿਹਦੇ 'ਚ ਵੀ ਯੂਨਿਟ ਦਿੱਤੇ ਹੋਏ ਆ। ਤਾਂ ਬੇਟਾ 3 ਨੰਬਰ 'ਤੇ 200 ਮੀਟਰ ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦਾਂਗੇ। ਕਹਿੰਦਾ 30 ਵਰਗ ਮੀਟਰ ਵਾਲੇ ਆਇਤਾਕਾਰ ਪਾਰਕ ਦੀ ਲੰਬਾਈ 6 ਮੀਟਰ ਹੈ, ਚੌੜਾਈ ਦੱਸੋ। ਤਾਂ ਬੇਟਾ 30 ਵਰਗ ਮੀਟਰ ਆਹ ਖੇਤਰਫਲ ਦਿੱਤਾ ਹੋਇਆ ਆ,
ਇੱਕ ਆਇਤਾਕਾਰ ਪਲਾਟ ਜਿਹਦਾ ਖੇਤਰਫਲ 30 ਵਰਗ ਮੀਟਰ ਦਿੱਤਾ ਹੋਇਆ, ਠੀਕ ਹੈ, ਅਤੇ ਲੰਬਾਈ 6 ਮੀਟਰ ਹੈ, ਚੌੜਾਈ ਆਪਾਂ ਐਕਸ ਮੰਨ ਲੈਂਦੇ ਹਾਂ, ਠੀਕ ਹੈ। 30 ਵਰਗ ਮੀਟਰ ਦਿੱਤਾ ਹੋਇਆ, ਤਾਂ ਬੇਟਾ ਇਹਦੇ ਖੇਤਰਫਲ ਦਾ ਸੂਤਰ ਕੀ ਹੁੰਦਾ? ਖੇਤਰਫਲ ਬਰਾਬਰ ਏ ਲੰਬਾਈ ਗੁਣਾ ਚੌੜਾਈ, ਠੀਕ ਹੈ, ਤਾਂ ਖੇਤਰਫਲ ਕਿੰਨਾ? 30 ਬਰਾਬਰ ਲੰਬਾਈ 6 ਅਤੇ ਚੌੜਾਈ ਐਕਸ ਮੰਨ ਲੈਂਦੇ ਹਾਂ, ਠੀਕ ਹੈ। ਤਾਂ ਆਹ 6 ਨੇ ਇੱਧਰ ਆ ਕੇ ਭਾਗ ਹੋ ਜਾਣਾ ਬੇਟਾ, ਆਪਾਂ ਕੱਟ ਦਿੰਦੇ 6 × 6, 6 × 5 = 30, ਤਾਂ ਐਕਸ ਆਪਾਂ ਚੌੜਾਈ ਮੰਨੀ ਸੀ, ਠੀਕ ਹੈ, ਤਾਂ ਐਕਸ ਬਰਾਬਰ ਚੌੜਾਈ ਬਰਾਬਰ 5 ਮੀਟਰ ਉੱਤਰ ਆ ਗਿਆ, ਇਸ ਲਈ ਚੌੜਾਈ ਬਰਾਬਰ 5 ਮੀਟਰ। ਇਹ ਧਿਆਨ ਰੱਖਣਾ ਬੇਟਾ, ਲੰਬਾਈ ਚੌੜਾਈ ਵਰਗ ਮੀਟਰਾਂ ਦੇ ਵਿੱਚ ਨਹੀਂ ਹੁੰਦੀ, ਸਿਰਫ ਖੇਤਰਫਲ ਵਰਗ ਮੀਟਰਾਂ ਦੇ ਵਿੱਚ ਹੁੰਦਾ ਹੈ, ਠੀਕ ਹੈ ਬੇਟਾ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 5, ਇਹਦਾ ਆਇਤ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 5 ਸੈਂਟੀਮੀਟਰ ਅਤੇ 1 ਸੈਂਟੀਮੀਟਰ ਹੈ, ਇਸ ਦਾ ਖੇਤਰਫਲ ਦੱਸੋ। ਲੰਬਾਈ ਆ ਬੇਟਾ ਆਇਤ 5 ਮੀਟਰ ਅਤੇ ਚੌੜਾਈ ਸੈਂਟੀਮੀਟਰ ਹੈ, ਠੀਕ ਹੈ, ਤਾਂ 1 ਸੈਂਟੀਮੀਟਰ। ਤਾਂ ਖੇਤਰਫਲ ਕੀ ਹੁੰਦਾ? ਖੇਤਰਫਲ ਆਇਤ ਦਾ ਖੇਤਰਫਲ ਬਰਾਬਰ ਹੈ ਲੰਬਾਈ ਗੁਣਾ ਚੌੜਾਈ, 5 ਗੁਣਾ 1 ਬਰਾਬਰ ਹੈ 5 ਵਰਗ ਸੈਂਟੀਮੀਟਰ, 5 ਵਰਗ ਸੈਂਟੀਮੀਟਰ ਉੱਤਰ ਆ ਗਿਆ। ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ, ਤਾਂ ਬੇਟਾ ਆ 5 ਵਰਗ ਸੈਂਟੀਮੀਟਰ ਉੱਤਰ ਆ ਗਿਆ। ਅੱਗੇ ਬੇਟਾ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ।